ਇੱਕ ਸੱਚੀ ਕਹਾਣੀ ਪੰਚੀ ਅਖਰਾਂ ਮੰਤਰ ਦੀ ਕਰਾਮਾਤੀ ਸ਼ਕਤੀ ਨੇ ਇੱਕ ਨੌਜਵਾਨ ਨੂੰ ਨਸ਼ਿਆਂ ਤੋਂ ਮੁਕਤ ਕਰਾ ਦਿੱਤਾ ਨਸ਼ਿਆਂ 'ਚ ਪਏ ਨੌਜਵਾਨ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢ ਕੇ ਲਿਆ ਕੇ ਗੁਰੂ ਦੇ ਲੜ ਲਾ ਦਿੱਤਾ ਰਾਤੀ ਸਾਨੂੰ ਫੋਨ ਆ ਗਿਆ ਭਾਈ ਸਾਹਿਬ ਮੈਂ ਨਸ਼ੇ ਛੱਡ ਦਿੱਤੇ ਨੇ ਅੱਜ 20-25 ਦਿਨ ਹੋ ਗਏ ਨੇ ਮੈਨੂੰ ਨਸ਼ੇ ਦੀ ਤੜਪ ਨਹੀਂ ਲੱਗੀ ਸਿਰਫ ਨਾਮ ਦੀ ਤੜਪ ਹੈ ਜਿਹੜਾ ਤੁਸੀਂ ਪੰਜੀ ਅਖਰਾਂ ਮੰਤਰ ਮੈਨੂੰ ਦੱਸਿਆ ਵਿਧੀ ਅਨੁਸਾਰ ਕੁਝ ਕੁ ਦਿਨ ਪਹਿਲਾਂ ਇਹ ਨੌਜਵਾਨ ਤਰਨਤਾਨ ਦਾ ਰਹਿਣ ਵਾਲਾ ਕੁਝ ਕੁ ਦਿਨ ਪਹਿਲਾਂ ਉਸ ਨੇ ਸਾਨੂੰ ਪੁੱਛਿਆ ਸੀ ਕਿ ਭਾਈ ਸਾਹਿਬ ਮੈਂ ਨਸ਼ਿਆਂ ਤੋਂ ਬਹੁਤ ਤੰਗਾ ਹਜ਼ਾਰਾਂ ਰੁਪਏ ਮੈਂ ਰੋਜ਼ ਦੇ ਜਾੜ ਦਿੱਤੇ ਨੇ ਤੇ ਸਾਲ ਦੇ ਤਕਰੀਬਨ ਲੱਖਾਂ ਰੁਪਏ ਉਜੜ ਗਏ ਨੇ ਨਸ਼ਿਆਂ ਦੇ ਵਿੱਚ ਇੱਕ ਸਾਲ ਹੋ ਗਿਆ ਸੀ ਨੌਜਵਾਨ ਨੂੰ ਨਸ਼ੇ ਕਰਦਿਆਂ ਤੇ ਮੈਂ ਉਸਨੂੰ ਹੌਸਲਾ ਦਿੱਤਾ ਕਹਿੰਦੇ ਨੇ ਕਿ ਵੀ ਜਿਹੜਾ ਬੰਦਾ ਨਸ਼ੇ ਕਰਦਾ ਜਾਂ ਮਾੜੇ ਕੰਮ ਕਰਦਾ ਉਸ ਦਾ ਆਪਣਾ ਵੀ ਮਨ ਚਾਹੀਦਾ ਫੇਰ ਹੀ ਰੱਬ ਕੋਈ ਨਾ ਕੋਈ ᔪਗਤੀ ਬਣਾ ਕੇ ਕਿਸੇ ਨੂੰ ਭੇਜਦਾ ਬਾਹ ਪਕੜਨ ਦੇ ਲਈ ਅਸੀਂ ਉਸ ਨੂੰ ਉਸ ਵਕਤ 25 ਅਖਰ ਮੰਤਰ ਦੀ ਵਿਧੀ ਦੱਸੀ ਨੌਜਵਾਨ ਨੇ ਸ਼ਰਦਾ ਦੇ ਨਾਲ ਜਪਿਆ ਤੇ ਅੱਜ ਨੌਜਵਾਨ 92 25 ਦਿਨ ਹੋ ਗਏ ਨੇ ਨਸ਼ੇ ਛੱਡਿਆ ਉਸ ਨੂੰ ਕੋਈ ਤੜਪ ਨਹੀਂ ਕੋਈ ਤਲਫ ਨਹੀਂ ਇਹ ਪੰਜੀ ਅਖਰਾ ਮੰਤਰ ਦੀ ਸ਼ਕਤੀ ਆ ਜੋ ਕਲਗੀਧਰ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ ਇੱਕ ਓੰਕਾਰ ਤੋਂ ਲੈ ਕੇ ਅਕਾਲ ਮੂਰਤ ਤੱਕ ਤੇ ਮੈਂ ਇਹ ਗੱਲ ਨਿਸ਼ਚੇ ਨਾਲ ਕਹਿਣਾ ਚਾਹੁੰਦਾ ਜਿਹੜਾ ਵੀ ਸ਼ਰਧਾ ਦੇ ਨਾਲ ਆਉਂਦਾ ਜਾਏਗਾ ਇੱਥੋਂ ਝੋਲੀਆਂ ਪਰ ਕੇ ਲੈ ਜਾਂਦਾ ਜਾਏਗਾ ਜੇਕਰ ਕੋਈ ਤਰਕਵਾਦੀ ਸ਼ੰਕਾ ਕਰੇਗਾ ਉਹ ਖਾਲੀ ਆਏਗਾ ਤੇ ਖਾਲੀ ਚਲਾ ਜਾਏਗਾ ਤੇ ਅੱਜ ਲੋੜ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਨਸ਼ਿਆਂ ਦੇ ਦਲਦਲ ਚੋਂ ਕੱਢਣ ਦੀ ਤੇ ਇਹ ਸਿਰਫ ਗੁਰਬਾਣੀ ਹੀ ਕਰ ਸਕਦੀ ਹੈ ਉਹਦੇ ਸ਼ਬਦਾਂ ਦੀ ਕਰਾਮਾਤੀ ਸ਼ਕਤੀ ਹੀ ਕਰ ਸਕਦੀ ਹੈ ਹੋਰ ਦੁਨੀਆ 'ਚ ਐਸੀ ਕੋਈ ਦਵਾਈ ਨਹੀਂ ਬਣੀ ਕਹਿੰਦੇ ਜਦੋਂ ਦਵਾ ਤੋਂ ਕਾਮਨਾ ਬਣੇ ਤੇ ਫਿਰ दारू ਕੰਮ ਆਉਂਦਾ ਜੇਕਰ दारू ਤੋਂ ਵਣਾ ਕੰਮ ਬਣੇ ਤੇ ਫਿਰ ਨਾਮ ਕੰਮ ਆਉਂਦਾ ਤੇ ਨਾਮ ਤੋਂ ਬਾਅਦ ਕੁਝ ਕੰਮ ਨਹੀਂ ਆਉਂਦਾ ਨਾਮ ਹੀ ਚਾਹੀਦਾ ਤੇ ਨਾਮ ਹੀ ਤਾਰਦਾ ਸ਼ਬਦ ਦੀ ਸ਼ਕਤੀ ਹੀ ਤਾਰਦੀ ਹੈ ਬੰਦੇ ਨੂੰ ਮਾੜੇ ਕੰਮਾਂ ਤੋਂ ਗੁਰੇਜ਼ ਕਰਨ ਦੇ ਲਈ ਰੋਕਦੀ ਹੈ ਇਹ ਸੀਗੀ ਪੰਜੀ ਅੱਖਰਾਂ ਮੰਤਰ ਦੀ ਕਰਾਮਾਤੀ ਸ਼ਕਤੀ ਦੀ ਸੱਚੀ ਕਹਾਣੀ ਜੋ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਤੇ ਜਿਹੜੇ ਵੀ ਵੀਰ ਨਸ਼ੇ ਕਰ ਰਹੇ ਨੇ ਜਾਂ ਨਸ਼ਿਆਂ 'ਚ ਪੈ ਚੁੱਕੇ ਨੇ ਉਹ ਇੱਕ ਦਫਾ ਆਪਣਾ ਮਨ ਬਣਾਉਣ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਵਿਧੀ ਅਨੁਸਾਰ ਸਾਰੀ ਵਿਧੀ ਸਮਝਾ ਦੇਵਾਂਗੇ ਜਿਸ ਤਰ੍ਹਾਂ ਕਲਗੀਧਰ ਮਹਾਰਾਜ ਨੇ ਦੱਸੀ ਹੈ ਤੇ ਉਹ ਨੌਜਵਾਨ ਆਪਣਾ ਉਜੜਦਾ ਹੋਇਆ ਘਰ ਬਚਾ ਲੈਣ ਕਿਉਂਕਿ ਨਸ਼ਾ ਇੱਕ ਐਸੀ ਚੀਜ਼ ਹੈ ਜੋ ਬੰਦੇ ਦੀ ਸੁਰਤੀ ਨੂੰ ਭੁਲਾ ਦਿੰਦਾ ਹੈ ਨਸ਼ੇ ਦੇ ਵਿੱਚ ਕੀ ਸਮਝ ਆਉਂਦੀ ਹੈ ਕੀ ਮਾਂ ਹੈ ਕੀ ਬਾਪ ਹੈ ਕੀ ਬੱਚੇ ਹੈ ਕੀ ਸਮਾਜ ਹੈ ਕੁਝ ਨਹੀਂ ਪਤਾ ਲੱਗਦਾ ਬੰਦਾ ਮਦਹੋਸ਼ ਹੋ ਕੇ ਤੁਰਿਆ ਫਿਰਦਾ ਪਾਗਲਾਂ ਦੇ ਵਾਂਗੂ ਨਸ਼ਾ ਇੱਕ ਐਸੀ ਚੀਜ਼ ਹੈ ਜੋ ਘਰ ਵੀ ਬਰਬਾਦ ਕਰ ਦਿੰਦਾ ਆਪਣੀ ਸੰਸਕ੍ਰਿਤੀ ਵੀ ਬਰਬਾਦ ਕਰਕੇ ਰੱਖ ਦਿੰਦਾ ਤੇ ਦੇਸ਼ ਕੌਮ ਦੇ ਲਈ ਜਿਸ ਜਾਤ ਦੇ ਵਿੱਚ ਪੈਦਾ ਹੁੰਦਾ ਉਹ ਕੁਲਾਂ ਦੀਆਂ ਕੁਲਾਂ ਹੀ ਬਰਬਾਦ ਕਰ ਦਿੰਦਾ ਨਸ਼ਾ ਇੱਕ ਐਸੀ ਚੀਜ਼ ਹੈ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਲਗੀਧਰ ਮਹਾਰਾਜ ਨੇ ਜਿਸ ਤਰ੍ਹਾਂ ਸ਼ਬਦਾਂ ਦੀ ਕਰਾਮਾਤੀ ਸ਼ਕਤੀ ਦੀ ਵਿਧੀ ਦੱਸੀ ਹੈ ਉਹ ਮੈਂ ਤੁਹਾਡੇ ਅੱਗੇ ਰੱਖ ਸਕਾਂ ਤੇ ਤੁਸੀਂ ਆਪਣਾ ਉਧਾਰ ਕਰ ਸਕੋ ਤਾਂ ਕਿ ਅਸੀਂ ਮਾੜੇ ਕੰਮਾਂ ਤੋਂ ਗੁਰੇਸ਼ ਕਰ ਸਕੀਏ ਤੇ ਗੁਰੂ ਦੀ ਬਾਣੀ ਦੇ ਨਾਲ ਜੁੜ ਸਕੀਏ ਜਦੋਂ ਗੁਰੂ ਦੀ ਬਾਣੀ ਦੇ ਨਾਲ ਜੁੜ ਗਏ ਤੇ ਫਿਰ ਤਰ ਗਏ ਜਦੋਂ ਤਰ ਗਏ ਤੇ ਫਿਰ ਆਵਾ ਗਵਨ ਮਿਟ ਜਾਂਦਾ ਹੈ ਇਹ ਗੱਲ ਯਾਦ ਰੱਖਣਾ ਤੇ ਆਓ ਸਾਰੇ ਮਾੜੇ ਕੰਮਾਂ ਤੋਂ ਗੁਰੇਜ਼ ਕਰੀਏ ਚੋਰੀਆਂ ਠੱਗੀਆਂ ਬੇਈਮਾਨੀਆਂ ਤੋਂ ਗੁਰੇਜ਼ ਕਰਕੇ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਜਿਹੜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਰੀਆਂ ਚਿੰਤਾਵਾਂ ਦਾ ਨਿਵਾਰਣ ਕਰਨ ਵਾਲੀ ਤੁਰਕੀ ਬਾਣੀ ਹੈ ਇਹ ਵੀ ਮਰਜ਼ ਕਰਦੇ ਹਾਂ ਤੇ ਪੰਜੀ ਅਖਰਾ ਮੰਤਰ ਦੀ ਵਿਧੀ ਮੈਂ ਇੱਥੇ ਵੀ ਦੱਸ ਦੇਣਾ ਸਵੇਰੇ 6 ਵਜੇ ਤੋਂ ਪਹਿਲੇ ਪਹਿਲੇ ਅਮਰਤ ਵੇਲਾ ਜਦੋਂ ਹੁੰਦਾ 3 ਤੋਂ 6 ਦੇ ਵਿੱਚਕਾਰ ਚੌਥਾ ਪਹਿਰ ਹੁੰਦਾ। ਉਸ ਸਮੇਂ ਉੱਠ ਕੇ 10 ਮਾਲਾ ਕਰਨੀਆਂ ਨੇ ਏਕ ਓੰਕਾਰ ਤੋਂ ਲੈ ਕੇ ਅਕਾਲ ਮੂਰਤ ਤੱਕ। ਤੇ 5 ਦਿਨ ਕਰਨਾ ਹੈ। 5 ਦਿਨਾਂ ਦੇ ਵਿੱਚ ਜੇਕਰ ਕੋਈ ਫਰਕਣਾ ਪਿਆ ਤੇ ਕਬਰਾਉਣਾ ਨਹੀਂ 5 ਦਿਨ ਹੋਰ ਕਰ ਲੈਣੇ ਨੇ। ਵੈਸੇ ਇਸ ਦਾ 1 ਸਵਾ ਲੱਖ ਜਾਪ ਦੱਸਿਆ 5 ਅੱਖਰਾਂ ਮੰਤਰ ਦਾ। ਤੇ ਸਾਰੇ ਸਵੇਰੇ ਇਦਾਂ ਹੀ ਕਰੋ ਇੱਛਾ ਰੱਖ ਕੇ ਕਰੋ ਕਿ ਮਹਾਰਾਜ ਮੇਰੀ ਇਹ ਇੱਛਾ ਹੈ ਇਹ ਮੇਰੀ ਮੈਨੂੰ ਇਹ ਦੁੱਖਾਂ ਤੇ ਪੂਰਨ ਕਰਦੇ ਹੋ ਤੇ ਸ਼ਰਦਾ ਦੇ ਨਾਲ ਬਹਿ ਕੇ 10 ਮਾਲਾ ਪੰਜੀ ਅਖਰਾਂ ਮੰਤਰ ਦੀਆਂ ਕਰੋ ਕਲਗੀਧਰ ਮਹਾਰਾਜ ਜ਼ਰੂਰ ਤੁਹਾਡੀ ਬਾਪ ਪਕੜਨਗੇ ਤੇ ਅੱਜ ਇੱਥੇ ਹੀ ਸਮਾਪਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ